ਕੈਬਨਿਟ ਮੰਤਰੀ ਹਰਜੋਤ ਬੈਂਸ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਨੇ। ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਉਹ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ। ਹਰਜੋਤ ਸਿੰਘ ਬੈਂਸ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੀ ਪਤਨੀ ਜੋਤੀ ਯਾਦਵ ਦੇ ਨਾਲ ਗੁਰੂ ਘਰ ਪਹੁੰਚੇ। ਇਸ ਦੌਰਾਨ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਤੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਲਈ ਆਏ ਹਾਂ। ਉਹਨਾਂ ਨੇ ਪੂਰੇ ਪੰਜਾਬ ਦੇਸ਼ ਤੇ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਗੁਰੂ ਰਾਮਦਾਸ ਜੀ ਦੀ ਪਵਿੱਤਰ ਇਸ ਧਰਤੀ ਦੇ ਉੱਤੇ ਅਤੇ ਅੱਜ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਦੇ ਮੌਕੇ 'ਤੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਹਾਂ। ਇਹੀ ਅਰਦਾਸ, ਇਹੀ ਬੇਨਤੀ ਹੈ ਕਿ ਗੁਰੂ ਸਾਹਿਬ ਸਦਾ ਹੀ ਸਿਰ 'ਤੇ ਹੱਥ ਰੱਖਣ। ਜੋ ਸੇਵਾ ਉਹਨੇ ਬਖਸ਼ੀ ਹੈ ਉਹ ਆਪਣੇ ਆਪ ਸਿਰ 'ਤੇ ਹੱਥ ਰੱਖ ਕੇ ਆਪਣੀ ਇੱਛਾ ਅਨੁਸਾਰ ਇਹ ਸੇਵਾ ਨੂੰ ਕਰਵਾਉਣ ਅਤੇ ਪੂਰੇ ਪੰਜਾਬ 'ਤੇ ਸਾਡੇ ਦੇਸ਼ 'ਤੇ ਦੁਨੀਆ 'ਤੇ ਸਦਾ ਹੀ ਅਮਨ ਸ਼ਾਂਤੀ ਬਣੀ ਰਹੇ। ਸਰ, ਤੁਹਾਡੀ ਅਗਵਾਈ ਹੈ, ਐਜੂਕੇਸ਼ਨ ਦਾ ਰਿਜ਼ਲਟ ਬਹੁਤ ਵਧੀਆ ਹੈ, ਕੀ ਕਹਿਣਾ ਚਾਹੁੰਦੇ? ਦੇਖੋ ਜੀ, ਅਗਵਾਈ ਨਹੀਂ, ਮੈਂ ਸਾਰੇ ਟੀਚਰਸ, ਉਹਨਾਂ ਸਾਰੇ ਟੀਚਰਸ ਨੂੰ, ਮਿਡ ਡੇ ਮੀਲ ਵਰਕਰਸ ਨੂੰ, ਸਾਰੇ ਹੀ ਮਹਿਕਮੇ ਦੇ ਹਰ ਇੱਕ ਮੁਲਾਜ਼ਮ ਨੂੰ ਸਲਾਮ ਹੈ। ਦੁੱਖ ਇੰਨਾ ਸੀਗਾ ਕਿ ਪਹਿਲਾਂ ਕਦੀ ਇਸ ਮਹਿਕਮੇ ਦਾ ਇਹ ਤਸਵੀਰ ਕਦੀ ਪੇਸ਼ ਹੀ ਨਹੀਂ ਕੀਤੀ ਗਈ ਸੀ। ਬਹੁਤ ਸਾਰੇ ਟੀਚਰਸ ਬਹੁਤ ਚੰਗਾ ਕੰਮ ਕਰਦੇ ਆ, ਪਰ ਇਸ ਮਹਿਕਮੇ ਨੂੰ ਸਿਰਫ ਧਰਨੇ ਵਾਲਾ ਮਹਿਕਮਾ ਆਖਿਆ ਗਿਆ। ਅਤੇ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਬਹੁਤ ਵੱਡੇ ਬਦਲਾਵ ਮਿਲਣਗੇ। ਤੁਸੀਂ ਖੁਦ ਜਾ ਕੇ ਅੰਮ੍ਰਿਤਸਰ ਦੇ ਸਕੂਲਾਂ ਦੇ ਉੱਤੇ ਖਾਸ ਕਰਕੇ ਕਾਫੀ ਕੰਮ ਹੋ ਚੁੱਕਿਆ, ਚਾਹੇ ਉਹ ਛਿਆਟਾ ਦਾ ਸਕੂਲ ਹੋਵੇ, ਚਾਹੇ ਟਾਊਨ ਹਾਲ ਦਾ ਸਕੂਲ ਹੋਵੇ, ਹੋਰ ਵੀ ਚਾਹੇ ਮਾਡਲ ਟਾਊਨ ਹੋਵੇ ਅਤੇ ਤੁਸੀਂ ਮਾਲ ਰੋਡ ਦਾ ਸਕੂਲ ਹੋਵੇ, ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਕੂਲਾਂ 'ਚ ਤੁਹਾਨੂੰ ਅਗਲੇ  6 ਮਹੀਨੇ ਸਾਲ ਦੇ ਵਿੱਚ ਤੁਸੀਂ ਆਪ ਆਪਣੀ ਇੱਛਾ ਅਨੁਸਾਰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਭੇਜਣ। ਸਰ, ਜੋ ਗੁਰੂ ਸਾਹਿਬ ਦਾ ਜੋ ਫਰਮਾਨ ਹੋਊਗਾ, ਜੋ ਜਨਤਾ ਦਾ ਫਰਮਾਨ ਹੋਊਗਾ, ਸਿਰ ਮੱਥੇ ਹੋਊਗਾ। ਸਾਡੀ ਸਾਰੀ ਸਰਕਾਰ, ਸਾਡੀ ਸਾਰੀ ਟੀਮ ਜੋ ਪੰਜਾਬ ਦੇ ਨਾਲ ਵਾਅਦੇ ਕੀਤੇ ਆ, ਜੋ ਪੰਜਾਬ ਦੇ ਨਾਲ ਗਰੰਟੀਆਂ ਕੀਤੀਆਂ, ਉਸ ਤੋਂ ਬਾਅਦ ਚੜ੍ਹ ਕੇ ਅਸੀਂ ਆਪਣੀ ਸੇਵਾ ਨਿਭਾਵਾਂਗੇ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ, NC7 ਨਿਊਜ਼।